ਸਤਿ ਸ਼੍ਰੀ ਅਕਾਲ ਦੋਸਤੋ, ਲੁਧਿਆਣਾ ਦੇ ਮਸਲੇ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਉਜਾਗਰ ਕਰ ਰਿਹਾ ਡਿਸਕਵਰ ਪਲੱਸ ਫੌਜੀ ਬਾਬਾ ਚੈਨਲ। ਅੱਜ ਲੈ ਕੇ ਆਇਆ ਇੱਕ ਬਹੁਤ ਸਾਲਾ ਵੱਡੇ ਪ੍ਰੋਜੈਕਟ, ਜੋ ਕਿ ਇੱਕ ਬਹੁਤ ਲੁਧਿਆਣੇ ਦੀ ਲਾਈਫ ਲਾਈਨ ਬਣ ਸਕਦੀ ਹੈ। ਫਿਰੋਜ਼ਪੁਰ ਰੋਡ ਤੋਂ ਲੈ ਕੇ ਗਿੱਲ ਰੋਡ ਨੂੰ ਕਨੈਕਟੀਵਿਟੀ ਦੀ ਇੱਕ ਰੋਡ ਸੀ, ਹਾਲਾਂਕਿ ਇਹ ਰੋਡ ਅੱਗੇ ਨਹਿਰ ਤੱਕ ਜੁੜਨੀ ਸੀ। ਇਹਦੇ 'ਚ ਦੋ ਅਨਰਿਕਾਰਡ ਪਾਕਟ ਸੀ, ਇੱਕ ਮਿਸਿੰਗ ਲਿੰਕ 1 ਔਰ 2। ਇਹਦੇ ਵਿੱਚ ਮਿਸਿੰਗ ਲਿੰਕ 1 ਅਖੋਰ ਰੋਡ ਦੇ ਨੇੜੇ ਸੀ, ਜੋ ਕਿ ਉਕਾਰ ਕੀਤਾ ਜਾ ਚੁੱਕਿਆ ਅਤੇ ਹੁਣ ਰੇਲਵੇ ਲਾਈਨ ਤੱਕ ਰੋਡ ਰੈਡੀ ਹੈ ਅਤੇ ਰੇਲਵੇ ਲਾਈਨ ਤੋਂ ਅੱਗੇ ਗਿੱਲ ਰੋਡ ਤੱਕ ਵੀ ਰੈਡੀ ਹੈ। ਪਰ ਪਿਛਲੇ 8-10 ਸਾਲਾਂ ਤੋਂ ਇਹ ਜੋ ਬ੍ਰਿਜ ਹੈ ਰੇਲਵੇ ਦਾ, ਇਹ ਅਟਕਿਆ ਹੋਇਆ। ਬੜੇ ਸਾਲਾਂ ਤੱਕ ਕੋਈ ਕੰਮ ਨਹੀਂ ਹੋ ਰਿਹਾ ਸੀ, ਹੁਣ ਉਮੀਦ ਹੈ ਕਿ ਵਰਕ ਹੋਏਗਾ, ਕਿਉਂਕਿ ਰੇਲਵੇ ਦਾ ਪੋਰਸ਼ਨ ਹੁਣ ਕੰਪਲੀਟ ਹੋ ਗਿਆ, ਜੋ ਮੇਜਰ ਹਿੱਚ ਸੀ ਜਿਸ 'ਤੇ ਕਾਰਪੋਰੇਸ਼ਨ ਦੇ ਵਿਚਾਲੇ ਔਰ ਰੇਲਵੇ ਦੇ ਵਿਚਾਲੇ ਟਸਲ ਚੱਲ ਰਹੀ ਸੀ, ਕਿਉਂਕਿ ਇਹ ਏਜੰਸੀ ਵਰਕ ਹੁੰਦੇ ਨੇ, ਇਸ 'ਤੇ ਕਾਰਪੋਰੇਸ਼ਨ ਨੇ ਪੈਸਾ ਜਮ੍ਹਾਂ ਕਰਾਉਣਾ ਸੀ। ਜਦੋਂ ਇਹਨਾਂ ਨੇ ਪੈਸਾ ਜਮ੍ਹਾਂ ਕਰਾਇਆ ਤਾਂ ਰੇਲਵੇ ਨੇ ਉਹ ਜਿਹੜੇ ਪੁਰਾਣੇ ਬੈਲੈਂਸ ਸੀ ਇਹਨਾਂ ਦੇ ਪੁਰਾਣੇ ਬੀਜਾਂ ਦੇ, ਉਹਦੇ ਹਿਸਾਬ ਨੂੰ ਕੱਟ ਲਿਆ। ਇਸ ਕਰਕੇ ਪੈਸੇ ਦੇ ਜਮ੍ਹਾਂ ਨਾ ਕਰਾਉਣ ਕਰਕੇ, ਕਾਰਪੋਰੇਸ਼ਨ ਦੀ ਨਲਾਇਕੀ ਕਰਕੇ ਇਹ ਬ੍ਰਿਜ ਬਹੁਤ ਸਾਲ ਲਟਕਿਆ। ਹਾਲਾਂਕਿ ਹੁਣ ਬ੍ਰਿਜ ਤਿਆਰ ਹੈ, ਪਰ ਸਾਈਡ ਦੀਆਂ ਅਪਰੋਚਾਂ ਦਾ ਕੰਮ ਹਜੇ ਵੀ ਕੀੜੀ ਦੀ ਚਾਲ ਚੱਲ ਰਿਹਾ ਅਤੇ ਮੈਨੂੰ ਨਹੀਂ ਲੱਗਦਾ ਵੀ ਅਗਲੇ 1 ਸਾਲ ਤੱਕ ਇਹ ਰੋਡ ਦੀ ਕੋਈ ਬਣਨ ਦੀ ਉਮੀਦ ਹੈ, ਕਿਉਂਕਿ ਇਹ ਰੋਡ ਜੇ ਬਣ ਜਾਵੇ ਤਾਂ ਘੱਟੋ ਘੱਟ ਗਿੱਲ ਰੋਡ ਤੱਕ ਵੀ ਬਣੇ ਔਰ ਫਿਰੋਜ਼ਪੁਰ ਰੋਡ ਤੋਂ ਲੈ ਕੇ ਇੱਕ ਬਾਈਪਾਸ ਬਣ ਜਾਏਗਾ, ਤਾਂ ਕਿ ਲੋਕਾਂ ਨੂੰ ਨਹਿਰ 'ਤੇ ਜਾਣ ਦੀ ਲੋੜ ਨਹੀਂ ਪਏਗੀ। ਔਰ ਪਖੋਵਾਲ ਰੋਡ ਔਰ ਫਿਰੋਜ਼ਪੁਰ ਰੋਡ ਔਰ ਗਿੱਲ ਰੋਡ, ਤਿੰਨਾਂ ਦੀ ਕਨੈਕਟੀਵਿਟੀ ਵਾਸਤੇ ਇੱਕ ਬਹੁਤ ਵਧੀਆ ਬਾਈਪਾਸ ਹੋਵੇਗਾ। ਅਤੇ ਆਓ ਹੁਣ ਦੇਖਦੇ ਹਾਂ ਇਸ ਬ੍ਰਿਜ ਬਾਰੇ ਹੋਰ ਬਾਕੀ ਜਾਣਕਾਰੀ ਤੁਹਾਨੂੰ ਦਿਖਾਉਂਦੇ ਹਾਂ, ਕਿਸ ਤਰ੍ਹਾਂ ਦੀ ਸਟਰਕਚਰ ਹੈ, ਕਿਵੇਂ ਬਣ ਰਿਹਾ। ਜਿਗ ਜਗ ਜੀ ਰੋਡ ਹੈ, ਕਿਉਂਕਿ ਟਾਈਮ ਸਿਰ ਲੈਂਡ ਅਕੁਆਇਰ ਨਹੀਂ ਕੀਤਾ ਅਤੇ ਕਲੋਨੀਆਂ ਦੇ ਵਿੱਚ ਦੀ ਰੋਡ ਕੱਢ ਕੇ ਸੱਪ ਦੀ ਤਰ੍ਹਾਂ ਰੋਡ ਲਿਆ ਕੇ ਫਾਈਨਲੀ ਇੱਥੇ ਜੋੜੀ ਗਈ ਹੈ, ਜੋ ਤੁਹਾਨੂੰ ਅਸੀਂ ਵੀਡੀਓ 'ਚ ਦਿਖਾ ਰਹੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਤੁਹਾਡੇ ਅੱਗੇ ਹਮੇਸ਼ਾ ਲੁਧਿਆਣੇ ਦੇ ਮਸਲੇ ਲੈ ਕੇ ਆਉਂਦੇ ਹਾਂ। ਇੱਕ ਗੱਲ ਤਾਂ ਪੱਕੀ ਹੈ, ਲੁਧਿਆਣੇ 'ਚ ਕੋਈ ਵੀ ਪ੍ਰੋਜੈਕਟ ਸ਼ੁਰੂ ਹੁੰਦਾ, ਚਾਹੇ ਉਹ ਸਦਨ ਬਾਈਪਾਸ ਨਹਿਰ ਦੇ ਨਾਲ ਨਾਲ ਬਣਨ ਵਾਲੀ ਰੋਡ ਹੋਵੇ, ਜਾਂ ਉੱਚੇ ਪੁਲ 'ਤੇ ਬਣਨ ਵਾਲਾ ਬ੍ਰਿਜ ਹੋਵੇ, ਜਾਂ ਲਾਡੋਵਾਲ ਬਾਈਪਾਸ ਨੂੰ ਜਾਣ ਵਾਲੀ ਰੋਡ ਹੋਵੇ, ਕੋਈ ਵੀ ਜਾਂ ਬ੍ਰਿਜ ਜਾਂ ਕੰਸਟਰਕਸ਼ਨ ਦੀ ਐਕਟੀਵਿਟੀ ਜੇ ਲੁਧਿਆਣੇ 'ਚ ਹੈ, ਤਾਂ ਮੰਨ ਕੇ ਚੱਲੋ 10-15 ਸਾਲ 'ਚ ਕੰਪਲੀਟ ਨਹੀਂ ਹੋਈ, ਕਿਉਂਕਿ ਹਰ ਪ੍ਰੋਜੈਕਟ ਦਾ ਹੀ ਇਹ ਹਾਲ ਹੈ। ਬੈਂਕਰਪਟ ਨੇ ਰੋਡ ਆਨੇ ਵਾਲੇ ਲੋਗੋ ਕੇ ਲਿਏ ਯੇ ਰੋਡ ਬੜੀ ਰਿਲੀਫ ਕਾ ਕਾਮ ਕਰੇਗਾ। ਜੋ ਕਾਰੋਬਾਰੀ BRS ਨਗਰ ਯਾ ਸ਼ਹੀਦ ਭਗਤ ਸਿੰਘ ਨਗਰ ਯਾ ਦੂਰੀ ਸੇ ਸਾਨੇ ਵਾਲ ਯਾ ਦੁਰਾਹਾ ਕੀ ਤਰਫ ਜਾਣਾ ਚਾਹਤੇ ਹੈ, ਉਨੇ ਅਬ ਸ਼ਹਿਰ ਕੇ ਬੀਚ ਮੇ ਜਾਣੇ ਕੀ ਜ਼ਰੂਰਤ ਨਹੀਂ ਹੋਗੀ। ਯੇ ਰੋਡ ਏਕ ਡਾਇਰੈਕਟ ਔਰ ਈਜ਼ੀ ਲਿੰਕ ਪ੍ਰੋਵਾਈਡ ਕਰਦੀ ਹੈ। ਯੇ ਪੂਰਾ ਮਿਸਿੰਗ ਲਿੰਕ ਅਗਲੇ 9 ਮਹੀਨੋਂ ਮੇ ਬਣਕਰ ਤਿਆਰ ਹੋ ਜਾਏਗਾ। ਤੋ ਅੱਜ ਕਲ ਹਮਾਰੇ ਯੇ ਵੀਡੀਓ ਆਪਕੋ ਕੈਸਾ ਲਗਾ ਕਮੈਂਟ ਕੇ ਜ਼ਰੀਏ ਫਿਰ ਘਟਾ ਸਕਦਾ ਹੈ। ਇਹ ਹੈ ਇੱਕ ਲਿੰਕ ਬਾਈਪਾਸ ਜੋ ਹੈ ਫਿਰੋਜ਼ਪੁਰ ਰੋਡ ਤੋਂ ਲੈ ਕੇ ਗਿੱਲ ਰੋਡ ਤੇ ਫਰਦਰ ਜਾ ਕੇ ਕਨਾਲ ਤੇ ਜਾ ਕੇ ਨਹਿਰ ਤੇ ਸਦਨ ਬਾਈਪਾਸ ਨੂੰ ਮਿਲਣਾ। ਬੜੇ ਸਾਲਾਂ ਤੋਂ ਇਹ ਲਟਕ ਰਿਹਾ, 2008 ਤੋਂ ਇਹ ਮਸਲਾ ਚੱਲ ਰਿਹਾ। ਪਹਿਲਾਂ ਲੋਧੀ ਕਲੱਬ ਦੇ ਨੇੜੇ ਜੋ ਰੇਲਵੇ ਲਾਈਨ ਤੇ ਫਾਟਕ ਕਈ ਸਾਲ ਅਟਕਿਆ ਰਿਹਾ, ਉਸ ਤੋਂ ਬਾਅਦ ਉਸ ਤੇ ਅੱਗੇ ਵਧਿਆ ਕੰਮ। ਇਸ 'ਚ ਦੋ ਮਿਸਿੰਗ ਲਿੰਕ, 3 ਜਿਨ੍ਹਾਂ ਨੂੰ ਕਿਹਾ ਜਾਂਦਾ ਇਨਕਲੂਡਿੰਗ ਰੇਲਵੇ ਲਾਈਨ। ਮਿਸਿੰਗ ਲਿੰਕ 1 ਸੀ ਪਖੋਵਾਲ ਰੋਡ ਕੋਲੇ, ਉਸ ਨੂੰ ਉਕਾਰ ਕਰ ਲਿਆ ਗਿਆ ਕੁਝ ਸਾਲ ਪਹਿਲਾਂ, ਤੇ ਰੋਡ ਜੋ ਮਿਸਿੰਗ ਲਿੰਕ 2 ਹੈ ਯਾਨੀ ਰੇਲਵੇ ਲਾਈਨ ਤੱਕ ਪਹੁੰਚ ਗਈ, ਕਿਉਂਕਿ ਪ੍ਰੋਜੈਕਟ 'ਚ ਇੰਨੀ ਦੇਰੀ ਹੋਈ ਅਤੇ ਇਸ ਕਰਕੇ ਰੋਡ ਬੜੀ ਤੁਹਾਨੂੰ ਦਿਖਾਉਂਦੇ ਹਾਂ ਜਿਗ ਜੈਗ ਜੀ ਯਾਨੀ ਸੱਪਾਂ ਦੀ ਤਰ੍ਹਾਂ ਬਲ ਖਾਂਦੀ ਫਾਈਨਲੀ ਰੇਲਵੇ ਲਾਈਨ 'ਤੇ ਪਹੁੰਚੀ। ਔਰ ਫਿਰ ਰੇਲਵੇ ਦੇ ਬ੍ਰਿਜ ਦੀ ਵਾਰੀ ਆਈ, ਜਦੋਂ ਕਿਉਂਕਿ ਇਹ ਕੰਮ ਏਜੰਸੀ ਵਰਕ ਹੁੰਦੇ ਨੇ, ਜੋ ਗਲਾਡਾ ਨੇ ਇਹ ਪੈਸਾ ਜਮ੍ਹਾਂ ਕਰਾਉਣਾ ਸੀ ਰੇਲਵੇ ਨੂੰ, ਪਰ ਜਦੋਂ ਉਹਨੂੰ ਗਲਾਡਾ ਨੇ ਡਿਲੇ ਕਰਕੇ ਪੈਸੇ ਜਮ੍ਹਾਂ ਕਰਾਏ, ਇੱਕ ਤਾਂ ਪ੍ਰੋਜੈਕਟ ਦੀ ਕੋਸਟ ਵੱਧ ਗਈ 16 ਕਰੋੜ ਤੋਂ ਤਕਰੀਬਨ 22-23 ਕਰੋੜ ਹੋ ਗਿਆ। ਦੂਸਰਾ, ਜੋ ਪੁਰਾਣੇ ਬ੍ਰਿਜਾਂ ਦੇ ਪੈਸੇ ਨਹੀਂ ਦਿੱਤੇ ਸੀ ਲੁਧਿਆਣਾ ਕਾਰਪੋਰੇਸ਼ਨ ਨੇ, ਉਹਨਾਂ ਦੇ ਉਸ ਦੇ ਅਗੇਂਸਟ
ਐਡਜਸਟ ਕਰ ਲਏ ਔਰ ਬੈਲੈਂਸ ਦੁਬਾਰਾ ਖੜਾ ਰਹਿ ਗਿਆ, ਪੈਸੇ ਪੂਰੇ ਨਹੀਂ ਹੋਏ, ਇਸ ਚੱਕਰ 'ਚ ਮਾਮਲਾ ਕਾਫੀ ਲਟਕਦਾ ਰਿਹਾ। ਫਾਈਨਲੀ ਮੇਰਾ ਖਿਆਲ ਹੈ ਯਾਨੀ ਪਿਛਲੇ ਸਾਲ ਇਹ ਬ੍ਰਿਜ ਪੂਰਾ ਹੋ ਗਿਆ। ਹੁਣ ਬ੍ਰਿਜ ਪੂਰਾ ਹੋਣ ਤੋਂ ਬਾਅਦ ਹੈਰਾਨੀ ਦੀ ਗੱਲ ਹੈ ਕਿ ਅਪਰੋਚਾਂ 'ਤੇ ਹਜੇ ਕੰਮ ਨਹੀਂ ਹੋਇਆ, ਅਪਰੋਚਾਂ ਹਜੇ ਵੀ ਨੇ। ਅਤੇ ਇਹ ਬ੍ਰਿਜ ਜੇ ਬਣੇਗਾ ਰੇਲਵੇ ਲਾਈਨ 'ਤੇ, ਧੂਰੀ ਵਾਲੀ ਰੇਲਵੇ ਲਾਈਨ 'ਤੇ, ਤਾਂ ਇਹ ਜਿਹੜਾ ਰੋਡ ਹੈ ਇੱਕ ਬੜੀ ਵੱਡੀ ਬੂੰਦ ਸਾਬਿਤ ਹੋਏਗਾ। ਹਾਲਾਂਕਿ ਇਸ ਦੇ ਨਾਲ ਕਨੈਕਟੀਵਿਟੀ ਹਜੇ ਫਿਰੋਜ਼ਪੁਰ ਰੋਡ, ਪੱਖੋਵਾਲ ਰੋਡ ਅਤੇ ਗਿੱਲ ਰੋਡ ਦੀ ਵਧੇਗੀ, ਉਹਨਾਂ ਨੂੰ ਨਹਿਰ 'ਤੇ ਨਹੀਂ ਜਾਣਾ ਪਏਗਾ। ਪਰ ਇਸ ਦਾ ਪਲਾਨ ਜੋ ਗਿੱਲ ਰੋਡ ਤੋਂ ਅੱਗੇ ਨਹਿਰ ਤੱਕ ਜਾਣ ਦਾ ਸੀ, ਉਹ ਹਜੇ ਵੀ ਲਟਕ ਰਿਹਾ, ਕਿਉਂਕਿ ਮਿਸਿੰਗ ਲਿੰਕ 3 ਦੀ ਐਕੁਜੀਸ਼ਨ 'ਚ ਪੰਗੇ ਨੇ ਔਰ ਉੱਥੇ ਪ੍ਰੋਗਰੈਸ ਬਿਲਕੁਲ ਸ਼ੁਰੂ ਹੈ। ਜਦੋਂ ਵੀ ਕੋਈ ਪ੍ਰੋਜੈਕਟ ਡਿਲੇ ਹੁੰਦਾ ਤਾਂ ਲੋਕਾਂ ਨੂੰ ਭੁਗਤਣਾ ਪੈਂਦਾ ਹੈ, ਅਤੇ ਅੱਜ ਟ੍ਰੈਫਿਕ ਦਾ ਬੁਰਾ ਹਾਲ ਹੈ ਲੁਧਿਆਣੇ ਸ਼ਹਿਰ 'ਚ। ਜਿੱਧਰ ਨੂੰ ਮਰਜ਼ੀ ਜਾਓ ਅਤੇ ਕੋਈ ਵੀ ਪ੍ਰੋਜੈਕਟ ਸਿਰੇ 'ਤੇ ਨਹੀਂ ਚੜ ਰਿਹਾ। ਆਓ ਦਿਖਾਉਂਦੇ ਹਾਂ ਤੁਹਾਨੂੰ ਝਲਕ ਇਸ ਦੀ ਔਰ ਬ੍ਰਿਜ ਦੀ ਪੋਜੀਸ਼ਨ ਦੀ, ਕੀ ਇੱਥੇ ਇਸ ਬ੍ਰਿਜ 'ਤੇ ਬਣ ਰਿਹਾ ਜਾਂ ਇਸ ਬਾਈਪਾਸ ਦਾ ਕੀ ਪੋਜੀਸ਼ਨ ਹੈ ਇਸ ਵੇਲੇ। ਦੋਸਤੋ, ਇਹ ਸੀ ਇੱਕ ਸਾਡੀ ਛੋਟੀ ਜਿਹੀ ਐਫਰਟ ਤੁਹਾਨੂੰ ਦਿਖਾਉਣ ਬਾਰੇ ਵੀ ਕਿਸ ਤਰ੍ਹਾਂ ਦੇ ਪ੍ਰੋਜੈਕਟ ਲੁਧਿਆਣੇ 'ਚ ਅਟਕੇ ਹੋਏ ਨੇ ਔਰ ਇਸ ਕਰਕੇ ਲੁਧਿਆਣਾ ਇੱਕ ਟ੍ਰੈਫਿਕ ਦੀ ਬੋਟਲਨੈਕ ਬਣਦਾ ਜਾ ਰਿਹਾ, ਕਿਉਂਕਿ ਕੋਈ ਵੀ ਪ੍ਰੋਜੈਕਟ ਜੋ ਪਲਾਨ ਹੁੰਦਾ ਉਹ 3 ਸਾਲ 4 ਸਾਲ ਵਾਸਤੇ ਪਲਾਨ ਹੁੰਦਾ ਔਰ 10-10, 15-15 ਸਾਲ ਕੰਪਲੀਟ ਨਹੀਂ ਹੁੰਦਾ, ਔਰ ਜਦੋਂ ਨੂੰ ਕੰਪਲੀਟ ਹੁੰਦਾ ਉਦੋਂ ਨੂੰ ਉਹ ਬਿਲਕੁਲ ਸੈਚੂਰੇਸ਼ਨ ਪੁਆਇੰਟ 'ਤੇ ਪਹੁੰਚ ਜਾਂਦਾ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ, ਸ਼ੇਅਰ ਕਰੋ, ਲਾਈਕ ਕਰੋ ਅਤੇ ਅੱਗੇ ਫਾਰਵਰਡ ਕਰੋ। ਧੰਨਵਾਦ ਜੀ ਵੀਡੀਓ ਦੇਖਣ ਲਈ।